ਸਰਬਜੀਤ ਸਿੰਘ ਮੋਂਗਾ, ਮੈਨੇਜਿੰਗ ਡਾਇਰੈਕਟਰ ਫਰੋਮ ਬ੍ਰਿਟਿਸ਼ ਇੰਸਟੀਚਿਊਟ ਬਾਘਾ ਪੁਰਾਣਾ। ਅਤੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਆਸਟ੍ਰੇਲੀਆ ਸਟੱਡੀ ਵੀਜ਼ਾ ਦੇ ਰਿਲੇਟਡ ਫੰਡਸ ਬਾਰੇ, ਅਤੇ ਕਿਸ ਤਰੀਕੇ ਨਾਲ ਤੁਸੀਂ ਆਪਣੇ ਫੰਡਸ ਕੈਲਕੂਲੇਟ ਕਰ ਸਕਦੇ ਹਾਂ, ਔਰ ਕਿਸ ਤਰੀਕੇ ਨਾਲ ਤੁਸੀਂ ਆਪਣੀ ਫੀਸ ਕਿੰਨੀ ਪੇ ਕਰਨੀ ਉਹ ਚੀਜ਼ ਕੈਲਕੂਲੇਟ ਕਰ ਸਕਦੇ ਹੋ। ਅਤੇ ਅੱਜ ਫਿਰ ਆਪਾਂ ਆਸਟ੍ਰੇਲੀਆ ਸਟੱਡੀ ਵੀਜ਼ਾ ਦੇ ਪ੍ਰੋਸੀਜਰ ਬਾਰੇ ਦੇਖਾਂਗੇ ਵੀ ਕਿਹੜੇ ਸਟੈਪਸ ਨੇ ਜਿਨ੍ਹਾਂ ਨੂੰ ਫੋਲੋ ਕਰਕੇ ਤੁਸੀਂ ਆਪਣਾ ਆਸਟ੍ਰੇਲੀਆ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹਾਂ। ਡੈਫੀਨੇਟਲੀ ਇਹ ਕੈਨੇਡਾ ਦੇ ਨਾਲੋਂ ਡਿਫਰੈਂਟ ਹੈ, ਬਟ ਬੇਸਿਕ ਜੋ ਸਿਸਟਮ ਹੈਗਾ ਤੁਸੀਂ ਕੈਨੇਡਾ ਜਾਂ ਹੋਰ ਕੰਟਰੀ ਦੀ ਹੀ ਤਰ੍ਹਾਂ ਫਸਟ ਤੁਸੀਂ ਆਪਣੀ ਪ੍ਰੀਵੀਅਸ ਸਟੱਡੀ ਜਾਂ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਹੈ, ਕੋਈ ਜੋਬ ਕੀਤੀ ਹੋਈ ਆ, ਤਾਂ ਉਹਦੇ ਨਾਲ ਰੈਲੇਵੈਂਟ ਇੱਕ ਕੋਰਸ ਜਿਹੜਾ ਹੈਗਾ ਉਹ ਫਾਈਂਡ ਕਰਨਾ, ਕਿਸ ਯੂਨੀਵਰਸਿਟੀ ਵਿੱਚ ਉਹ ਕੋਰਸ ਅਵੇਲੇਬਲ ਹੈ, ਕਿਸ ਕਾਲਜ ਵਿੱਚ ਉਹ ਕੋਰਸ ਅਵੇਲੇਬਲ ਹੈ, ਉਹ ਫਾਈਂਡ ਕਰਨ ਤੋਂ ਬਾਅਦ ਵਿੱਚ ਤੁਹਾਡਾ ਫਸਟ ਸਟੈਪ ਹੋਏਗਾ ਐਪਲੀਕੇਸ਼ਨ। ਜਦੋਂ ਤੁਸੀਂ ਕਿਸੇ ਵੀ ਯੂਨੀਵਰਸਿਟੀ ਨੂੰ ਸਿਲੈਕਟ ਕਰਦੇ ਹੋ ਅਤੇ ਫਸਟ ਤੁਸੀਂ ਅਪਲਾਈ ਕਰਦੇ ਹੋ, ਦੈਨ ਤੁਹਾਨੂੰ ਉਸ ਤੋਂ ਮਿਲੇਗੀ ਕੰਡੀਸ਼ਨਲ ਆਫਰ ਲੈਟਰ। ਇੱਥੇ ਥੋੜ੍ਹੀ ਚੀਜ਼ ਧਿਆਨ ਦੇਣ ਵਾਲੀ ਇਹ ਆ ਵੀ ਕੈਨੇਡਾ ਦੀ ਤਰ੍ਹਾਂ ਆਫਰ ਲੈਟਰ ਨਹੀਂ ਹੋਏਗੀ, ਇਹ ਕੰਡੀਸ਼ਨਲ ਆਫਰ ਲੈਟਰ ਹੋਏਗੀ। ਇਸ ਸਟੈਪ ਤੋਂ ਬਾਅਦ ਤੁਸੀਂ ਆਪਣੇ ਰੈਡੀ ਕਰਨੇ ਹੋਣਗੇ ਫੰਡਸ ਐਂਡ GTE। GTE ਦੀ ਜੇ ਫੁੱਲ ਫੋਰਮ ਦੀ ਗੱਲ ਕਰੀਏ ਤਾਂ ਜੈਨੂਅਨ ਟੈਂਪਰੇਰੀ ਇੰਟਰੈਂਟ। ਤਾਂ ਆਸਟ੍ਰੇਲੀਅਨ ਗੌਰਮੈਂਟ ਇਹ ਜਾਣਨਾ ਚਾਹੁੰਦੀ ਹੈ ਕਿ ਵਾਕਈ ਹੀ ਤੁਸੀਂ ਜੈਨੂਅਨ ਸਟੂਡੈਂਟ ਹੋ ਜੋ ਆਸਟ੍ਰੇਲੀਆ ਦੇ ਵਿੱਚ ਪੜ੍ਹਨ ਆ ਰਹੇ ਹੋ। ਸੋ ਇਸ ਸਟੈਪ ਦੇ ਵਿੱਚ ਤੁਸੀਂ ਆਪਣੇ ਫੰਡਸ ਰੈਡੀ ਕਰਨੇ ਆ, ਔਰ GTE ਦੀ ਸਟੇਟਮੈਂਟ ਦੇ ਅੰਡਰ ਤੁਸੀਂ ਪ੍ਰੀਵੀਅਸ ਸਟੱਡੀ, ਗੈਪ ਇਨ ਪ੍ਰੀਵੀਅਸ ਸਟੱਡੀ, ਕਰੰਟ ਇੰਪਲੋਇਮੈਂਟ, ਟਾਈਜ਼ ਟੂ ਹੋਮ ਕੰਟਰੀ ਐਂਡ ਇਕਨੋਮਿਕ ਸਿਚੁਏਸ਼ਨ ਇਨ ਹੋਮ ਕੰਟਰੀ, ਇਹ ਵਾਲੀ ਇਨਫੋਰਮੇਸ਼ਨ ਐਂਡ ਐਵੀਡੈਂਸ GTE ਦੇ ਅੰਡਰ ਐਡ ਕਰਨੇ ਆ। ਨੈਕਸਟ ਵੀਡੀਓ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਦੇਖਾਂਗੇ ਜਿਹੜੇ 5 ਸਟੈਪ ਹੈਗੇ ਆ ਉਹਦੇ ਵਿੱਚ ਫਰਦਰ ਕਿਹੜੀ ਇਨਫੋਰਮੇਸ਼ਨ ਤੁਸੀਂ ਐਡ ਕਰਨੀ ਹੈ। ਟਿਲ ਜਦੋਂ ਤੁਸੀਂ ਤੁਹਾਡੇ ਫੰਡਸ ਰੈਡੀ ਹੋ ਜਾਣਗੇ, GTE ਵਿੱਚ ਤੁਸੀਂ ਜਾਂ ਤਾਂ ਇਹ ਇਨਫੋਰਮੇਸ਼ਨ ਫਿਲ ਕਰਕੇ ਫੋਰਮ ਦੇ ਵਿੱਚ ਦਿਓਗੇ ਜਾਂ ਤੁਹਾਡੀ ਇੰਟਰਵਿਊ ਆਏਗੀ। ਜਦੋਂ ਇਹ ਵਾਲਾ ਸਟੈਪ ਤੁਹਾਡਾ ਡਨ ਹੋ ਜਾਏਗਾ, ਨੈਕਸਟ ਤੁਹਾਨੂੰ ਮਿਲੇਗੀ ਅਨਕੰਡੀਸ਼ਨਲ ਆਫਰ ਲੈਟਰ। ਅਨਕੰਡੀਸ਼ਨਲ ਆਫਰ ਲੈਟਰ ਰਿਸੀਵ ਹੋਣ ਤੋਂ ਬਾਅਦ ਤੁਸੀਂ ਆਪਣੇ ਯੂਨੀਵਰਸਿਟੀ ਨੂੰ ਫੀ ਪੇ ਕਰਨੀ ਆ। ਫੀ ਪੇਮੈਂਟ ਹੋਣ ਦੇ ਨਾਲ ਤੁਹਾਨੂੰ ਮਿਲੇਗਾ COE, ਕਨਫਰਮੇਸ਼ਨ ਆਫ ਇਨਰੋਲਮੈਂਟ। ਕਨਫਰਮੇਸ਼ਨ ਆਫ ਇਨਰੋਲਮੈਂਟ ਮਿਲਣ ਦੇ ਨਾਲ ਤੁਹਾਡਾ ਕਾਫੀ ਹੱਦ ਤੱਕ ਜਿਹੜਾ ਹੈਗਾ ਇੱਕ ਸਿਸਟਮ ਜਿਹੜਾ ਉਹ ਸਕਸੈਸ ਹੋ ਜਾਏਗਾ। ਦੈਨ ਤੁਹਾਡਾ ਹੋਏਗਾ ਮੈਡੀਕਲ। ਮੈਡੀਕਲ ਹੋਣ ਤੋਂ ਬਾਅਦ ਤੁਹਾਡਾ ਫਾਈਨਲ ਸਟੈਪ ਹੋ ਜਾਏਗਾ ਵੀਜ਼ਾ ਫਾਈਲਿੰਗ ਲਈ, ਤੁਹਾਡੀ ਜਿਹੜੀ ਫਾਈਲ ਆ ਇੰਬੈਸੀ ਵਿੱਚ ਚਲੀ ਜਾਏਗੀ। ਸੋ ਇਹ ਆਲ ਸਟੈਪਸ ਨੇ। ਅਗਰ ਤੁਸੀਂ ਕਿਸੇ ਵੀ ਸਟੈਪ 'ਤੇ ਸਟੱਕ ਹੋ ਗਏ ਹੋ ਜਾਂ ਤੁਹਾਨੂੰ ਇਨਫੋਰਮੇਸ਼ਨ ਦੀ ਡਿਟੇਲ ਦੇ ਵਿੱਚ ਲੋੜ ਹੈਗੀ ਆ, ਤੁਸੀਂ ਮੈਨੂੰ ਵਟਸਐਪ 'ਤੇ ਜਿਹੜੇ ਹੈਗਾ ਆਪਣਾ ਸੈਂਡ ਕਰ ਸਕਦੇ ਹੋ, ਮੈਸੇਜ ਮੇਲ ਕਰ ਸਕਦੇ ਹੋ, ਕੋਈ ਵੀ ਤੁਸੀਂ ਇਨਫੋਰਮੇਸ਼ਨ ਲੈਣੀ ਹੋ ਤੁਸੀਂ ਫ੍ਰੀ ਆਫ ਕੋਸਟ ਲੈ ਸਕਦੇ ਹੋ। ਨੈਕਸਟ ਵੀਡੀਓ 'ਚ ਆਪਾਂ ਗੱਲ ਕਰਾਂਗੇ GTE ਦੀ ਡਿਟੇਲ ਦੇ ਵਿੱਚ। ਟਿਲ ਦੈਨ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਬਿਲ ਬਟਨ ਜ਼ਰੂਰ ਹਿੱਟ ਕਰ ਲਓ, ਸੋ ਦੈਟ ਕਿ ਤੁਹਾਨੂੰ ਲੇਟੈਸਟ ਇਨਫੋਰਮੇਸ਼ਨ ਜਿਹੜੀ ਹੈਗੀ ਆ ਮਿਲ ਸਕੇ। ਥੈਂਕ ਯੂ।